ਸਤਿ ਸ਼੍ਰੀ ਅਕਾਲ ਦੋਸਤੋ। ਨੈਣੀ ਦੇ ਵੀਜ਼ੇ ਰਿਜੈਕਟ ਕਿਉਂ ਹੁੰਦੇ ਹੈਗੇ, ਅੱਜ ਦਾ ਇਹ ਜਿਹੜਾ ਸ਼ੀਰਸ਼ਕ ਹੈਗਾ ਉਹਦਾ ਕਾਰਨ ਕੀ ਹੈ। ਤੁਸੀਂ ਕੈਨੇਡਾ ਦੀ ਸਾਈਟ 'ਤੇ ਜਾਓ, canada.ca, ਤਾਂ ਕੈਨੇਡਾ ਦੀ ਸਾਈਟ 'ਤੇ ਜਾਓਗੇ, ਗੌਰਮੈਂਟ ਆਫ ਕੈਨੇਡਾ ਦੀ ਸਾਈਟ 'ਤੇ, ਤਾਂ ਉੱਥੇ ਪਬਲਿਕ ਲਿਸਟ ਆਫ ਇੰਪਲਾਇਰ ਹੂ ਹੈਜ਼ ਨੋਟ ਬੀਨ ਨੋਨ ਕੰਪਲਾਇੰਟ, ਤਾਂ ਤੁਹਾਨੂੰ ਉੱਥੇ ਪਤਾ ਲੱਗੇਗਾ ਕਿ ਕੁਛ ਇੰਪਲਾਇਰ ਜਿਨ੍ਹਾਂ ਨੇ ਕਦੀ ਨੈਨੀ ਜਾਂ ਕੋਈ ਹੋਰ ਇੰਪਲਾਇਰ ਮੰਗਾਇਆ ਸੀ, ਉਹਨਾਂ 'ਤੇ ਪੈਨਲਟੀ ਪਈ ਸੀ। ਉਸ ਪੈਨਲਟੀ ਨੂੰ ਕਹਿੰਦੇ ਹੈਗੇ AMP, ਯਾਦ ਰੱਖਿਓ, AMP, ਐਡਮਿਨਿਸਟ੍ਰੇਟਿਵ ਮੋਨੀਟਰ ਪੈਨਲਟੀ, AMP ਪਈ ਸੀ। ਉਹ ਪੈਨਲਟੀ ਭਰਨੇ ਪੈਂਦੀ ਹੈ ਜਦੋਂ ਤੁਸੀਂ ਕੋਈ ਜੁਰਮ ਕੀਤਾ ਜਾਂ ਕੋਈ ਚੀਜ਼ ਛੁਪਾਈ ਹੈ, ਤਾਂ ਫਿਰ ਅਗਰ ਉਹ ਨਹੀਂ ਭਰਦੇ ਤਾਂ ਤੁਹਾਡਾ ਇਨਐਲੀਜੀਬਲ ਹੋ ਜਾਂਦੇ, ਤੁਸੀਂ ਬਾਹਰਲੇ ਬੰਦੇ ਨੂੰ ਨਹੀਂ ਬੁਲਾ ਸਕਦੇ। ਹੁਣ ਕਿਸੇ ਨੂੰ ਤੁਸੀਂ ਬੁਲਾ ਤਾ, ਜੋਬ ਆਫਰ ਦੇ ਤੀ, ਉਹਦਾ ਪੈਸਾ ਖਰਾਬ ਕੀਤਾ ਤੁਸੀਂ, ਤਾਂ ਨੋਨ ਕੰਪਲਾਇੰਟ ਨਹੀਂ ਹੋਣਾ ਚਾਹੀਦਾ। ਫੋਰ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ, ਇਫ ਏ ਕੇਸ ਮੈਨੇਜਮੈਂਟ ਬ੍ਰਾਂਚ ਸੀਨੀਅਰ ਡਿਸੀਜਨ ਮੇਕਰ ਡਿਟਰਮਿਨਸ ਆਫਟਰ ਇੰਸਪੈਕਸ਼ਨ ਦੈਟ ਇੰਪਲਾਇਰ ਹੈਜ਼ ਕਮਿਟਿਡ ਏ ਵਾਇਲੇਸ਼ਨ, ਉਸਨੇ ਕੋਈ ਵਾਇਲੇਸ਼ਨ ਕੀਤੀ ਹੈ, ਰਿਜ਼ਲਟਿੰਗ ਇਨ ਐਡਮਿਨਿਸਟ੍ਰੇਟਿਵ ਮੋਨੀਟਰੀ ਪੈਨਲਟੀ ਔਰ ਬੈਨ ਬੀਂਗ ਅਪਲਾਈਡ, ਉਹਦੇ ਉੱਤੇ ਬੈਨ ਲੱਗਿਆ, ਪ੍ਰਤੀਬੰਧ ਲੱਗਿਆ ਜਾਂ ਬਲੈਕਲਿਸਟਿਡ ਹੋ ਗਿਆ ਬਿਕੋਜ਼ ਦੈਟ ਇੰਪਲਾਇਰ ਫੇਲ ਟੂ ਕੰਪਲਾਈ, ਕਿਉਂਕਿ ਉਸਨੇ ਕੰਪਲਾਈ ਨਹੀਂ ਕੀਤਾ। ਕੰਪਲਾਈ ਦਾ ਮਤਲਬ ਤੁਹਾਨੂੰ ਕੋਈ ਨੋਟਿਸ ਆਇਆ, ਉਹਦਾ ਜਵਾਬ ਦੇਣਾ, ਸਪਸ਼ਟੀਕਰਨ ਦੇਣਾ, ਵਿਦ ਵਨ ਆਫ ਦਾ ਕੰਡੀਸ਼ਨ ਇੰਪੋਜ਼ ਜੋ ਕਿ ਉਹਦੇ ਉੱਤੇ ਕੰਡੀਸ਼ਨ ਲੱਗੀ ਹੈ, ਅੰਡਰ ਦੀ ਰੈਗੂਲੇਸ਼ਨ ਐਂਡ ਹੈਜ਼ ਨੋਟੀਫਾਈਡ ਦੀ ਇੰਪਲਾਇਰ ਆਫ ਡਿਟਰਮੀਨੇਸ਼ਨ, ਇੰਪਲਾਇਰ ਵਿਲ ਹੈਵ ਦੇਅਰ ਨੇਮ ਪਬਲਿਸ਼ਡ ਔਨ ਦੀ ਪਬਲਿਕ ਲਿਸਟ, ਤਾਂ ਪਬਲਿਕ ਲਿਸਟ ਦੇ ਵਿੱਚ ਇੰਪਲਾਇਰ ਦਾ ਨਾਮ ਆ ਜਾਂਦਾ ਹੈਗਾ, ਔਰ ਲੇਟਰ ਔਨ ਜਦੋਂ ਉਹ ਕੰਪਲਾਇੰਸ ਕਰ ਲੈਂਦਾ ਤਾਂ ਉਹਦਾ ਅਲੱਗ ਲਿਸਟ ਵਿੱਚ ਆਉਂਦਾ ਕਿ ਇਸ ਬੰਦੇ ਨੇ ਜੁਰਮਾਨਾ ਭਰਤਾ ਹੈਗਾ, ਹੁਣ ਇਹ ਬੰਦਾ ਐਲੀਜੀਬਲ ਹੈ ਬਾਹਰੋਂ ਫੋਰਨ ਵਰਕਰ ਨੂੰ ਬੁਲਾਉਣ 'ਤੇ। ਇਨ ਐਡੀਸ਼ਨ, ਇਫ CMB ਡਿਸੀਜ਼ਨ ਮੇਕਰ, ਜਿਹੜਾ CMB ਸੀਨੀਅਰ ਡਿਸੀਜ਼ਨ ਮੇਕਰ ਹੈਗਾ ਅੰਬੈਸੀ ਵਿੱਚ, ਤਾਂ ਉਹ ਅਗਰ ਡਿਟਰਮਿਨਸ ਕਰਦਾ ਕਿ ਡਿਊਰਿੰਗ ਪ੍ਰੋਸੈਸਿੰਗ ਆਫ ਵਰਕ ਪਰਮਿਟ ਦੈਟ ਇੰਪਲਾਇਰ ਫੇਲ ਟੂ ਸੈਟਿਸਫਾਈ ਦੀ ਕ੍ਰਾਈਟੇਰੀਆ, ਤਾਂ ਉਹ ਕ੍ਰਾਈਟੇਰੀਆ ਕਾਨੂੰਨ ਹੈਗੇ R201C2B, R203(1)(e), ਇਹ ਬੜੀ ਰਿਸਰਚ ਤੋਂ ਬਾਅਦ ਮਿਲਿਆ, ਧਿਆਨ ਰੱਖਣਾ ਤੁਸੀਂ, ਐਂਡ ਦਾ ਫੇਲੀਅਰ ਟੂ ਡੂ ਸੋ ਵਾਜ਼ ਨੋਟ ਜਸਟੀਫਾਈਡ ਬਾਈ ਇੰਪਲਾਇਰ ਅੰਡਰ R203, ਇੰਪਲਾਇਰ ਨੇਮ ਵਿਲ ਬੀ ਐਡਿਡ ਟੂ ਲਿਸਟ, ਤਾਂ ਫਿਰ ਅਗਰ ਉਹ ਕੰਪਲਾਈ ਨਹੀਂ ਕਰਦਾ ਤਾਂ ਇੰਪਲਾਇਰ ਦਾ ਨਾਮ ਬਲੈਕ ਲਿਸਟਡ 'ਚ ਪੈ ਜਾਂਦਾ ਹੈਗਾ। ਪਬਲਿਕ ਲਿਸਟ ਵਿਲ ਇਨਕਲੂਡ ਇਨਫੋਰਮੇਸ਼ਨ ਅਬਾਊਟ, ਉਸ ਪਬਲਿਕ ਲਿਸਟ ਵਿੱਚ ਕੈਨੇਡਾ ਦੀ ਸਾਈਟ ਦੇ ਇੰਪਲਾਇਰ ਬਾਰੇ ਅਤੇ ਪੀਰੀਅਡ ਆਫ ਇਨਐਲੀਜੀਬਿਲਟੀ, ਉਹ ਕਿੰਨਾ ਚਿਰ ਇਨਐਲੀਜੀਬਲ ਰਿਹਾ ਵੀ ਉਹ ਨਹੀਂ ਬੁਲਾਉਣਾ ਬਾਹਰੋਂ। ਐਜ਼ ਪਰ R200, ਨੋ ਵਰਕ ਪਰਮਿਟ ਸ਼ੈਲ ਬੀ ਇਸ਼ੂਡ ਫੋਰ ਨੈਸ਼ਨਲ ਟੂ ਵਰਕ ਫੋਰ ਇਨਐਲੀਜੀਬਲ ਇੰਪਲਾਇਰ, ਤਾਂ R203 ਦਾ ਕਾਨੂੰਨ ਜਿਹੜਾ ਕਹਿੰਦਾ ਹੈਗਾ 1, 2, 3, ਉਹ ਕਹਿੰਦਾ ਕਿ ਨੋ ਵਰਕ ਪਰਮਿਟ ਸ਼ੈਲ ਬੀ ਇਸ਼ੂਡ ਫੋਰ ਏ ਫੋਰਨ ਨੈਸ਼ਨਲ, ਕਿਸੇ ਵੀ ਫੋਰਨ ਨੈਸ਼ਨਲ ਨੂੰ ਵਰਕ ਪਰਮਿਟ ਨਹੀਂ ਦੇਣਾ ਉਸ ਵਰਕ ਵੀਜ਼ੇ ਵਾਸਤੇ ਜਿਹਦੇ ਵਿੱਚ ਇਨਐਲੀਜੀਬਲ ਜਿਹੜਾ ਇੰਪਲਾਇਰ ਐਲੀਜੀਬਲ ਹੀ ਨਹੀਂ ਹੈ ਜਾਂ ਉਹਨੂੰ ਇਨਐਲੀਜੀਬਲ ਕਰਾਰ ਦਿੱਤਾ ਗਿਆ, ਉਹਨੇ ਕੋਈ ਡਿਫਾਲਟ ਕੀਤਾ, ਫਾਲਟ ਕੀਤਾ, ਪੈਨਲਟੀ ਨਹੀਂ ਭਰੀ ਜਾਂ ਉਸਨੂੰ ਕੰਪਲਾਇੰਸ ਨਹੀਂ ਕੀਤਾ, ਤਾਂ ਉਹਨਾਂ ਵਾਸਤੇ ਇਹ ਇੰਪੋਰਟੈਂਟ ਇੱਕ ਚੀਜ਼ ਹੈਗੀ ਕਿ ਪਬਲੀਕੇਸ਼ਨ ਆਫ ਇੰਪਲਾਇਰ ਇਨਫੋਰਮੇਸ਼ਨ ਜਿਹੜਾ ਹੈਗਾ ਉਹ ਕੈਨੇਡਾ ਦੀ canada.ca ਦੇ ਉੱਪਰ ਆਪ ਦੇਖ ਸਕਦੇ ਹੋ। ਪ੍ਰੋਸੈਸਿੰਗ ਆਫਿਸਰ ਸ਼ੁੱਡ ਬੀ ਅਵੇਅਰ, ਆਪਣੇ ਪ੍ਰੋਸੈਸਿੰਗ ਆਫਿਸਰ ਨੂੰ ਵੈਸੀ ਨੂੰ ਕਿਹਾ ਦੈਟ ਸਿੰਪਲੀ ਬੀਂਗ ਇਨ ਅ ਪਬਲਿਕ ਲਿਸਟ ਡਜ਼ ਨੋਟ ਮੇਕ ਇੰਪਲਾਇਰ ਇਨਐਲੀਜੀਬਲ, ਅਗਰ ਉਹ ਪਬਲਿਕ ਲਿਸਟ ਵਿੱਚ ਹੈਗਾ ਇਟ ਡਜ਼ਨਟ ਮੀਨ ਕਿ ਉਹ ਇਨਐਲੀਜੀਬਲ ਹੈ। ਆਫਿਸਰ ਮਸਟ ਚੈੱਕ ਦੀ ਸਟੇਟਸ ਕੋਲਮ, ਉਹਦਾ ਸਟੇਟਸ ਕੋਲਮ ਵੀ ਦੇਖ ਲੈਣ ਟੂ ਕਨਫਰਮ ਐਲੀਜੀਬਿਲਟੀ ਕਿ ਸਟੇਟਸ ਕੋਲਮ 'ਚ ਕੀ ਐਲੀਜੀਬਲ ਤਾਂ ਨਹੀਂ ਹੋ ਗਿਆ। ਇੰਪਲਾਇਰ ਹੈਵ ਹੂ ਹੈਵ ਰਿਸੀਵਡ ਐਨ AMP ਬਟ ਨੋ ਬੈਨ ਰਿਮੇਨ ਐਲੀਜੀਬਲ, ਅਤੇ ਜਿਹਨਾਂ ਨੂੰ AMP ਮਿਲਿਆ ਬਟ ਨੋ ਬੈਨ ਰਿਮੇਨ ਐਲੀਜੀਬਲ ਟੂ ਇੰਪਲਾਈ ਫੋਰ ਨੈਸ਼ਨਲਸ ਅਨਲੈਸ ਦੇ ਹੈਵ ਨੋਟ ਪੇਡ ਦੀ AMP, ਜਦੋਂ ਤੱਕ ਉਹਨਾਂ ਨੇ AMP ਨਹੀਂ ਪੇਡ ਕੀਤੀ ਔਰ ਹੈਵ ਨੋਟ ਐਂਟਰਡ ਇਨ ਟੂ ਐਂਡ ਕੰਪਲਾਈਡ ਵਿਦ ਪੇਮੈਂਟ ਐਗਰੀਮੈਂਟ, ਤਾਂ ਜਦ ਤੱਕ ਉਹ AMP ਨਹੀਂ ਕਰਦੇ ਉਹ ਇਨਐਲੀਜੀਬਲ ਹੀ ਰਹਿਣਗੇ। ਤਾਂ ਕੁਛ ਨੋਨ ਕੰਪਲਾਈਸ ਇਵੈਂਟਸ ਪ੍ਰਾਇਰ ਟੂ December 1, 2015 ਹੋਏ ਸੀ, ਉਹਨਾਂ ਦੀ ਵੀ ਲਿਸਟ ਹੈਗੀ। ਨੋਨ ਕੰਪਲਾਈਸ ਇਵੈਂਟ ਆਫਟਰ 2 December 1, 2015 ਸੀ, ਉਹਨਾਂ ਦੀ ਵੀ ਹੈਗੀ। ਫਿਰ ਉਹਦੀ ਰੋਲ ਐਂਡ ਰਿਸਪੋਂਸੀਬਿਲਟੀ ਹੈ ESDC ਇੰਪਲਾਇਮੈਂਟ ਦੇ ਸੋਸ਼ਲ ਡਿਵੈਲਪਮੈਂਟ ਕੈਨੇਡਾ ਵਿੱਚ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੇ ਵਿੱਚ, ਅਤੇ ਇਸ ਤੋਂ ਇਲਾਵਾ ਕੈਨੇਡਾ ਮੈਨੇਜਮੈਂਟ ਬ੍ਰਾਂਚ ਹੈ CMB, ਉਹਦੇ ਵਿੱਚ ਵੀ ਰੋਲ ਹੈਗਾ ਪੂਰਾ ਕਿ ਉਹਦੇ ਵਿੱਚ ਉਹਦਾ ਰੋਲ ਕੀ ਹੈ, ਉਹਦੀ ਡੇਟ ਆਫ ਫਾਈਨਲ ਡਿਟਰਮੀਨੇਸ਼ਨ ਕੀ ਹੈ, ਬਿਜ਼ਨਸ ਐਡਰੈਸ ਕੀ ਹੈ, ਔਰ ਉਹਦੇ 'ਚ ਸਾਰੀ ਚੀਜ਼ਾਂ ਇਨਰੋਲ ਹੁੰਦੀਆਂ ਹੈਗੀਆਂ। ਰਿਵਿਊ ਆਫ ਇੰਪਲਾਇਰ ਐਲੀਜੀਬਿਲਟੀ ਡਿਊਰਿੰਗ ਵਰਕ ਪਰਮਿਟ ਪ੍ਰੋਸੈਸਿੰਗ, ਉਹ ਵੀ
ਦੇਖਿਆ ਜਾਂਦਾ ਹੈਗਾ, LMI ਦੇ ਕੇਸ ਵੀ ਦੇਖਿਆ ਜਾਂਦਾ ਹੈਗਾ, ਵਰਕ ਪਰਮਿਟ ਹੋਲਡਰ ਆਲਰੇਡੀ ਇਨ ਕੈਨੇਡਾ ਐਂਡ ਵਰਕਿੰਗ ਫੋਰ ਨੋਨ ਕੰਪਲਾਇੰਟ ਇੰਪਲਾਇਰ। ਹੁਣ ਦੇਖੋ ਜੀ, ਕੋਈ ਬੰਦੇ ਵਰਕ ਪਰਮਿਟ ਲੈ ਲੈਂਦੇ ਹੈ, ਹੋਲਡਰ ਆਲਰੇਡੀ ਇਨ ਕੈਨੇਡਾ ਹੈਗੇ ਅਤੇ ਕੰਮ ਕਰਦੇ ਹੈ ਨੋਨ ਕੰਪਲਾਇੰਟ ਇੰਪਲਾਇਰ ਵਾਸਤੇ, ਜਿਹੜਾ ਕਿ ਗੱਲ ਹੀ ਨਹੀਂ ਮੰਨਦਾ, ਜਿਹੜੀਆਂ ਦੀ ਸ਼ਰਤਾਂ ਨਹੀਂ ਮੰਨਦਾ, ਜਿਹਦੇ ਉੱਤੇ ਫਾਈਨ ਸੀ। ਵਰਕ ਪਰਮਿਟ ਆਫ ਫੋਰਨ ਨੈਸ਼ਨਲ ਵਰਕਿੰਗ ਫੋਰ ਇੰਪਲਾਇਰ ਹੂ ਹੈਜ਼ ਬੀਨ ਫਾਊਂਡ ਨੋਨ ਕੰਪਲਾਇੰਟ ਮੇ ਬੀ ਰਿਵੋਕਡ। ਫੋਰ ਮੋਰ ਇਨਫੋਰਮੇਸ਼ਨ ਰਿਵੋਕਸ਼ਨ ਆਫ ਵਰਕ। ਤੁਹਾਨੂੰ ਅੱਛਾ ਲੱਗਿਆ ਲਾਈਕ ਕਰਨਾ, ਸਬਸਕ੍ਰਾਈਬ ਕਰਨਾ ਸਾਡਾ ਚੈਨਲ, ਅਤੇ ਕੋਈ ਸੁਝਾਅ ਹੋਵੇ ਤਾਂ ਜ਼ਰੂਰ ਦੇਣਾ। ਮੈਂ ਸਿੰਗਾਪੁਰ, ਸਾਈਪਰਸ ਅਤੇ ਇੰਡੀਆ ਦੀ ਉਹ ਨੈਣੀ ਨੂੰ ਵੀ ਕਹਾਂਗਾ ਜਿਹੜੀ ਕਿ ਸਫੋਕੇਟ ਹੋ ਰਹੀ ਹੈ, ਲੜਕੇ ਅਤੇ ਲੜਕੀਆਂ, ਕਿ ਵੀ ਅਸੀਂ ਕੈਨੇਡਾ ਜਾਣਾ ਹੀ ਜਾਣਾ ਹੈ, ਅਤੇ ਉਹਨਾਂ ਦਾ ਪੋਸਟ ਸੈਕੰਡਰੀ ਡਿਪਲੋਮਾ ਨਹੀਂ ਹੈ, ਜਾਂ ਕੁਛ ਰਾਜਸਥਾਨ, ਮਹਾਰਾਸ਼ਟਰਾ, UP ਦੀ ਡਿਗਰੀਆਂ ਹੈਗੀਆਂ, ਜਿਨ੍ਹਾਂ ਦੀ ਡਿਗਰੀਆਂ ਕੁਛ ਕਾਰਨ ਵਸ ਮਾਲਕ ਉਹਨਾਂ ਦੇ ਪੜ੍ਹੇ ਗਏ, ਜਾਂ ਉਹ ਡਿਗਰੀ ਸੈੱਲ ਕਰਦੇ ਸੀ, ਜਾਂ ਕੋਈ ਨਾਰਕੋਟਿਕਸ ਐਕਟ ਦੇ ਵਿੱਚ ਫਸ ਗਿਆ, ਜਾਂ ਕੋਈ ਪ੍ਰੋਪਰਟੀ ਐਕਟ ਵਿੱਚ ਫਸ ਗਿਆ, ਜਾਂ ਉਹ ਬੈਕਡੋਰ ਦੇ ਵਿੱਚ ਕੁਛ ਕਰਦੇ ਸੀ ਜਿਸ ਕਰਕੇ ਯੂਨੀਵਰਸਿਟੀ ਕਲੋਜ਼ ਪਈ ਹੈ, ਜਾਂ ਉਹ ਮੁਕਰ ਗਏ ਕਿ ਅਸੀਂ ਤਾਂ ਇਹ ਡਿਗਰੀਆਂ ਦਿੱਤੀਆਂ ਹੀ ਨਹੀਂ, ਤਾਂ ਕੋਸ਼ਿਸ਼ ਕਰੋ ਕਿ ਤੁਸੀਂ ਜੈਨੂਇਨ ਕੰਮ ਕਰੋ, ਕਰੰਟ ਡੇਟ ਦੇ ਵਿੱਚ ਹੀ ਆਪਣੀ ਡਿਗਰੀ ਕਰੋ, ਪੋਸਟ ਸੈਕੰਡਰੀ ਡਿਪਲੋਮਾ ਜਾਂ ਡਿਗਰੀ। ਤੁਸੀਂ ਆਪਣਾ ਜਿਹੜਾ ਟਾਈਮ ਇਸ ਵਕਤ ਬਚਾਓਗੇ, ਉਹਦਾ ਕੱਲ੍ਹ ਨੂੰ ਫੰਦਾ ਤੁਹਾਡੇ ਗੱਲ ਹੀ ਪਏਗਾ। ਕਿਰਪਾ ਕਰਕੇ ਗੁਜ਼ਾਰਿਸ਼ ਹੈ ਕਿ ਆਪਣੀ ਜਿੱਥੇ ਸਾਈਪਰਸ, ਸਿੰਗਾਪੁਰ ਦੇ ਵਿੱਚ ਹੋ, ਉੱਥੋਂ ਹੀ ਤੁਸੀਂ ਕਰੋ, ਜਾਂ ਫਿਰ ਡਿਸਟੈਂਸ ਐਜੂਕੇਸ਼ਨ ਦੇ ਵਿੱਚ ਕਰੋ ਜਿਹੜਾ DEB ਤੋਂ ਅਪਰੂਵਡ ਹੋਵੇ, ਅਤੇ ਨੈਚੁਰਲੀ ਤੁਸੀਂ ਫਿਰ ਪੇਪਰ ਦੇਣ ਇੰਡੀਆ ਵਿੱਚ ਆ ਜਾਓ। ਪਰ ਕਦੀ ਵੀ ਇਹ ਗਲਤੀ ਨਾ ਕਰੋ। ਅੱਛਾ, ਜਿਹੜਾ ਤੁਹਾਨੂੰ ਇਸਦੀ ਪਰਮਿਸ਼ਨ ਗਾਈਡੈਂਸ ਦਿੰਦਾ, ਉਸਨੂੰ ਵੀ 4 ਪੈਸੇ ਦਿਓ। ਅਗਰ ਮੰਨ ਲਓ ਕੋਈ ਕੋਰਸ 3500 ਦਾ, ਤਾਂ ਉਹ ਤੁਹਾਨੂੰ ਕਦੀ ਵੀ ਇਨਫੋਰਮੇਸ਼ਨ ਨਹੀਂ ਦੇਗਾ ਦੂਜੇ ਵਾਲਾ, ਕਿਉਂਕਿ ਤੁਸੀਂ ਤਾਂ ਲੱਖਾਂ 'ਚ ਖੇਡ ਰਹੇ ਹੋ ਅਤੇ ਲੱਖਾਂ ਦੀ ਗੇਮ ਅੱਗੇ ਖੇਡਣ ਚੱਲੇ ਹੋ। ਤੁਸੀਂ ਏਜੰਟਾਂ ਨੂੰ ਵੀ 40-40 ਲੱਖ ਦਿੰਦੇ ਹੋ। ਅਗਰ ਕਿਸੇ ਨੂੰ 3500 ਦੇ ਕੋਰਸ ਦੇ ਪਿੱਛੇ ਤੁਸੀਂ ਕੰਸਲਟੇਸ਼ਨ ਚਾਰਜਿਸ 15,000-20,000 ਦਿੰਦੇ, ਤਾਂ ਕੋਈ ਮਾੜੀ ਗੱਲ ਨਹੀਂ ਹੈ। ਉਹ ਤੁਹਾਨੂੰ ਗਲਤ ਰਸਤੇ 'ਤੇ ਨਹੀਂ ਜਾ ਰਿਹਾ, ਤੁਹਾਡੀ ਐਨਰਜੀ ਨਹੀਂ ਵੇਸਟ ਕਰ ਰਿਹਾ। ਮੰਨ ਲਓ ਪਟਿਆਲੇ ਤੋਂ ਕੋਈ ਪੁੱਛਦਾ ਹੈ ਦਿੱਲੀ ਦਾ ਕੀ ਰਸਤਾ ਹੈ, ਅਤੇ ਤੁਹਾਨੂੰ ਜੰਮੂ ਕਸ਼ਮੀਰ ਦਾ ਰਸਤਾ ਦੱਸ ਦਿੰਦਾ, ਤਾਂ ਤੁਸੀਂ ਕਿੰਨੇ ਤੁਸੀਂ ਪਰੇਸ਼ਾਨ ਹੋਵੋਗੇ। ਤਾਂ ਇਹ ਪੰਜਾਬੀਆਂ ਦੀ ਖਾਸ, ਮੈਂ ਦੇਖਿਆ ਹੈ ਕਿ ਉਹ ਹਾਥੀ ਅੱਗੋਂ ਲੱਗ ਜਾਂਦਾ ਹੈ, ਪਿੱਛੋਂ ਕੀੜੀ ਨਾ ਲੱਗੇ। ਐਸੀ ਨਾਲ ਰੱਖੋ, ਮਨ ਦੇ ਵਿੱਚ ਵੈਬਸਾਈਟ ਦੇਖੋ, www.paramedicalindia.com, ਅਤੇ INA ਦੇ ਚੱਕਰ ਜਨਾਬ ਉਹ ਇੰਟਰਨੈਸ਼ਨਲ ਨੈਨੀ ਐਸੋਸੀਏਸ਼ਨ ਦੇ ਇੰਸਟੀਚਿਊਟ, ਜਾਂ ਉਹ ਕੋਈ ਆਪਣੇ ਆਪ ਦੇ ਵਿੱਚ ਉਹਨਾਂ ਦੀ ਮਾਨਤਾ ਨਹੀਂ ਹੈ। ਉਹ ਖੁਦ INA ਕਹਿ ਰਹੀ ਕਿ ਅਸੀਂ ਕਿਸੇ ਨੂੰ ਐਫੀਲੇਸ਼ਨ ਨਹੀਂ ਦਿੰਦੇ, ਅਤੇ ਨਾ ਹੀ ਇਹਦੇ ਬੇਸ 'ਤੇ ਕੋਈ ਕਿਸੇ ਦਾ ਵੀਜ਼ਾ ਲੱਗਦਾ ਹੈਗਾ। ਕੁਛ ਇੰਸਟੀਚਿਊਟ ਕਹਿੰਦੇ ਆ ਅਸੀਂ ਔਨਲਾਈਨ ਤੁਹਾਡਾ ਟੈਸਟ ਲੈ ਲਾਂਗੇ, ਇਹ ਅਮਰੀਕਾ ਤੋਂ ਟੈਸਟ ਬਣ ਕੇ ਆਉਂਦਾ ਹੈਗਾ, ਉਹ ਤੁਹਾਨੂੰ ਬੇਵਕੂਫ ਬਣਾ ਰਿਹਾ, ਭੋਲੇ ਲੋਕੋ। ਕਰੋਨਾ ਕਰਕੇ ਔਨਲਾਈਨ ਟੈਸਟ ਲੈਣਾ ਇੱਕ ਤਾਂ ਸਮਝ ਆਉਂਦੀ ਹੈ, ਔਨਲਾਈਨ ਟੈਸਟ ਕੋਈ ਮੁਸ਼ਕਿਲ ਗੱਲ ਹੈ? ਉਹ ਤਾਂ 1 ਸਕਿੰਟ ਦੇ ਵਿੱਚ ਕੱਚੀ ਫੇਲ ਬੱਚਾ ਵੀ ਔਨਲਾਈਨ ਟੈਸਟ ਲੈ ਸਕਦਾ ਤੁਹਾਡਾ। ਇਹਦਾ ਮਤਲਬ ਉਹ ਕੋਈ ਗਲੈਮਰਸ ਨਹੀਂ ਹੈ, ਉਹ ਕੋਈ ਸਲਮਾਨ ਖਾਨ ਨਹੀਂ ਹੈ ਕਿ ਉਹਨੇ ਇੰਨੀ ਵੱਡੀ ਗੱਲ, ਜਾਂ ਉਹ ਆਈਨਸਟਾਈਨ ਨਹੀਂ ਹੈ। ਤਾਂ ਬਿਨਾਂ ਕੋਲ ਤਾਂ ਆਪਣੇ ਲੈਂਡਲੋਰਡ ਨੂੰ 5 ਮਹੀਨੇ ਦਾ ਕਿਰਾਇਆ ਨਹੀਂ ਦੇਣਾ ਮੁਸ਼ਕਿਲ ਹੋਇਆ ਹੋਇਆ, ਫਿਰ ਵੀ ਉਹ ਇਹੋ ਜਿਹੀ ਫੁਕਰੀ ਮਾਰਨ ਅਤੇ ਕਹਿਣ ਕਿ ਇਹ ਚੀਜ਼ ਕਰ ਦਾਂਗੇ ਜੀ ਔਨਲਾਈਨ, ਸਾਡਾ ਟੈਸਟ ਉੱਥੋਂ ਅਮਰੀਕਾ ਤੋਂ ਬਣ ਕੇ ਆਏਗਾ, ਜਿਵੇਂ ਕਬੂਤਰ ਬਣ ਕੇ ਆਏਗਾ, ਅਤੇ ਉਹਨੂੰ ਕਰਕੇ ਤੁਹਾਨੂੰ 100% ਸਟਾਫ 'ਤੇ ਲਿਖ ਦਾਂਗੇ ਗਰੰਟੀ। ਇਹ ਤੁਹਾਨੂੰ ਬੇਵਕੂਫ ਬਣਾਉਂਦੇ ਆ। ਹਾਓ ਇਟ ਇਜ਼ ਫਿਜ਼ੀਬਲ? 2750 ਚਾਈਲਡ ਕੇਅਰ ਲਈ ਹੈ, 2750 ਓਲਡ ਏਜ ਕੇਅਰ ਲਈ ਹੈ। ਦੁਨੀਆ ਦਾ ਕੋਈ ਰਾਜਾ ਵੀ ਅੰਬੈਸੀ ਤੱਕ ਪਹੁੰਚ ਨਹੀਂ ਰੱਖਦਾ। ਉਹ ਤਾਂ ਤੁਸੀਂ ਜਿਵੇਂ ਪਰਫੋਰਮ ਕਰੋਗੇ, ਜਿਹੜੀ ਕਰੀਮ ਹੋਏਗੀ ਉਹ ਸਿਲੈਕਟ ਹੋਏਗੀ, ਜਿਹੜਾ ਸਪਰੇਟਾ ਦੁੱਧ ਹੋਏਗਾ ਉਹ ਨੀਚੇ ਰਹੇਗਾ। ਧੰਨਵਾਦ ਤੁਸੀਂ।